ਤੇ ਮੈਨੂੰ ਪਿਸਤੌਲਾਂ ਦੀ ਪ੍ਰੋਬਲਮ ਸੀਗੀ ਤੇ ਉਹ ਤੋਂ ਪਾਸ ਆਉਂਦੀ ਸੀ। ਫਿਰ ਮੈਂ ਆਪਣਾ ਜਿਹੜਾ ਕੰਟੈਕਟ ਲੱਭਿਆ ਸਟਾਰ ਹੋਸਪਿਟਲ ਦਾ ਯੂਟਿਊਬ ਦੇ ਰਾਹੀਂ ਡਾਕਟਰ ਸਾਹਿਬ ਨਾਲ ਕੰਟੈਕਟ ਕੀਤਾ ਤਾਂ ਉਹਨਾਂ ਨੇ ਮੈਨੂੰ ਪਿਸਤੌਲਾਂ ਦੀ ਸਰਜਰੀ ਬਾਰੇ ਕਿਹਾ। ਉਸ ਤੋਂ ਬਾਅਦ ਸਰਜਰੀ ਮੇਰੀ ਵਧੀਆ ਹੋ ਗਈ ਅਤੇ ਮੈਨੂੰ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ। ਕੋਈ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਗਸੀਰ ਸਿੰਘ ਹੈ ਅਤੇ ਮੈਨੂੰ ਪਿਸਤੌਲਾਂ ਦੀ ਪ੍ਰੋਬਲਮ ਸੀਗੀ। ਮੈਨੂੰ ਕਾਫੀ ਟਾਈਮ ਤੋਂ ਪ੍ਰੋਬਲਮ ਸੀ ਅਤੇ ਉਹ 'ਚ ਪਸ ਆਉਂਦੀ ਸੀ। ਉਸ ਤੋਂ ਬਾਅਦ ਫਿਰ ਮੈਂ ਡਾਕਟਰ ਨੂੰ ਦਿਖਾਇਆ ਪਰ ਉਹਨਾਂ ਨੇ ਦਵਾਈ ਮੈਡੀਸਨ ਦਿੱਤੀ, ਉਹਨਾਂ ਠੀਕ ਨਹੀਂ ਹੋਇਆ। ਫਿਰ ਮੈਂ ਆਪਣਾ ਜਿਹੜਾ ਕੰਟੈਕਟ ਲੱਭਿਆ ਸਟਾਰ ਹੋਸਪਿਟਲ ਦਾ ਯੂਟਿਊਬ ਦੇ ਰਾਹੀਂ, ਉਹਦੇ 'ਤੇ ਮੈਨੂੰ ਵੀਡੀਓ ਮਿਲੀ ਅਤੇ ਮੈਂ ਦੇਖਿਆ ਵੀ ਰਿਵਿਊ ਬਹੁਤ ਵਧੀਆ। ਫਿਰ ਮੈਂ ਇੱਥੇ ਜਦੋਂ ਆਇਆ ਡਾਕਟਰ ਸਾਹਿਬ ਨਾਲ ਕੰਟੈਕਟ ਕੀਤਾ ਤਾਂ ਉਹਨਾਂ ਨੇ ਮੈਨੂੰ ਪਿਸਤੌਲਾਂ ਦੀ ਸਰਜਰੀ ਬਾਰੇ ਕਿਹਾ। ਉਸ ਤੋਂ ਬਾਅਦ ਸਰਜਰੀ ਮੇਰੀ ਵਧੀਆ ਹੋ ਗਈ ਅਤੇ 2-3 ਘੰਟੇ ਬਾਅਦ ਮੈਨੂੰ ਸੇਮ ਡੇ ਮੈਨੂੰ ਮੈਂ ਉੱਠ ਕੇ ਆਪਣਾ ਬੱਸ ਵਗੈਰਾ ਜਾ ਸਕਦਾ ਸੀ। ਮੈਨੂੰ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ, ਕੋਈ ਬਲੀਡਿੰਗ ਨਹੀਂ ਹੋਈ, ਸਟਿਚ ਵੀ ਨਹੀਂ ਲੱਗੇ ਕੋਈ। ਬਹੁਤ ਵਧੀਆ ਰਿਵਿਊ ਰਿਹਾ, ਸਟਾਫ ਬਹੁਤ ਵਧੀਆ, ਬਹੁਤ ਵਧੀਆ ਗੇਟ ਕੀਪਿੰਗ ਮੇਰੀ ਅਤੇ ਡਾਕਟਰ ਸਾਹਿਬ ਵੀ ਬਹੁਤ ਵਧੀਆ ਨੇ, ਕੋਆਪਰੇਟਿਵ ਸਟਾਫ ਨੇ। ਮੈਨੂੰ ਸਰਜਰੀ ਤੋਂ ਬਾਅਦ ਨੈਕਸਟ ਡੇ ਡਿਸਚਾਰਜ ਮਿਲ ਗਿਆ ਸੀਗਾ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਆ ਸਕਦੇ ਹੋ, ਇੱਥੇ ਕੰਟੈਕਟ ਕਰ ਸਕਦੇ।